ਜੀ ਅਲਹਮਦੁਲਿਲਾ ਮੁਸ਼ਕਪੁਰੀ ਟਾਪ ਦੇਖ ਕੇ ਨੀਚੇ ਆ ਗਿਆ, ਹੁਣ ਚੱਲਿਆ ਨੱਥੀਆ ਗਲੀ ਵਾਲੀ ਸਾਈਡ, ਡੂੰਘਾ ਗਲੀ। ਨੱਥੀਆ ਗਲੀ ਆ ਗਏ ਜੀ, ਇਹਨਾਂ ਸਲਾਹ ਬਣੀ ਉੱਤੇ ਚੱਲਣ। ਪਾਰਕ ਵਗੈਰਾ ਸਭ ਕੁਛ ਬੰਦ ਹੈ, ਹੁਣ ਥੱਲੇ ਬਾਜ਼ਾਰ ਚੱਲਦੇ ਹਾਂ ਨੱਥੀਆ ਗਲੀ। ਲੋ ਜੀ ਹਮ ਆ ਗਏ ਭਾਈ, ਆ ਗਿਆ ਜੀ ਨੱਥੀਆ ਗਲੀ ਦੇ ਬਾਜ਼ਾਰ 'ਚ, ਚੈੱਕ ਕਰੋ। ਅਤੇ ਬਾਬਾ ਜੀ ਹੁਣ ਨੱਥੀਆ ਗਲੀ ਦਾ ਬਾਜ਼ਾਰ ਬਹੁਤ ਸੋਹਣਾ, ਪਹਿਲਾਂ ਕੁਛ ਖਾਂਦੇ ਪੀਂਦੇ। ਕਾਫੀ ਦਿਨ ਹੋਏ ਨੇ ਆਇਆ, ਅਤੇ ਬਾਬਾ ਜੀ ਕੱਪੜੇ ਜਿਹੜੇ ਪਿਛਲੇ ਦਿਨ ਸਾਰੇ ਪਾਏ ਨੇ ਖਤਮ ਹੋ ਗਏ ਨੇ, ਅਤੇ ਇੱਥੋਂ ਜਿਹੜਾ ਨਹੀਂ ਇੱਕ ਟਰੈਕ ਸੂਟ ਲੈਣ ਲੱਗੇ। ਲੋ ਜੀ ਇੱਥੋਂ ਦੋ ਟਰੈਕ ਸੂਟ ਲਏ ਨੇ ਮੈਂ ਅਤੇ ਹਸਨ, ਤਿੰਨ ਸਾਡੇ ਨਾਲ, ਤੇ ਤੁਹਾਨੂੰ ਪਤਾ ਕੰਗਲੇ ਤਰੀਨ ਇਨਸਾਨ ਨੇ, ਉਹਨਾਂ ਨੇ ਲੈਣੇ ਨੇ ਸੀ। ਚੱਲ ਨਿਕਲ ਜੀ, ਬਾ ਠੰਡੀ ਹੋ ਗਈ ਤੇ ਹੁਣ ਨੱਥੀਆ ਗਲੀ ਚੱਲਨੇ ਆ ਮੜੀ। ਜੀ ਵਾਪਸ ਹੋਟਲ ਪਹੁੰਚ ਗਏ ਜੀ, ਚਲੋ ਹੁਣ ਕੁਛ ਖਾਣੇ ਪੀਣੇ, ਭੁੱਖ ਬੜੀ ਲੱਗੀ, ਵਾਪਸ ਹੋਟਲ ਆ ਗਏ। ਲੋ ਜੀ ਖਾਣਾ ਆ ਗਿਆ ਜੀ, ਸਬਜ਼ੀ ਬਹੁਤ ਮਜ਼ੇ ਦੀ ਹੈ ਇਹਨਾਂ ਦੀ, ਫਿਰ ਉਸੇ ਰੈਸਟੋਰੈਂਟ ਜਾਣਾ ਕਿ ਉੱਥੋਂ ਆ ਕੇ, ਤੇ ਹੁਣ ਅੱਜ ਹਫ਼ਤਾ ਵੀਕਐਂਡ ਤੇ ਮਾਲ ਰੋਡ ਤੇ ਰਸ਼ ਲੱਗਾ ਹੋਣਾ, ਤੇ ਸਾਰੇ ਜਣੇ ਚੱਲਦੇ ਆ ਮਾਲ ਰੋਡ ਤੇ ਸ਼ੁਗਰ ਮੇਲਾ ਲਾ ਕੇ ਖਾਂਦੇ ਆ ਤੁਹਾਨੂੰ। ਚਲੋ ਬਈ ਰਸ਼ ਚੈੱਕ ਕਰੋ ਜੀ, ਅੱਜ ਮਾਲ ਰੋਡ 'ਤੇ ਅੱਜ ਫੁੱਲ ਫੁੱਲ ਰਸ਼ ਲੱਗਿਆ ਮਾਲ ਰੋਡ 'ਤੇ। ਮਾਲ ਰੋਡ ਫਿਰ ਰਹੇ ਹਾਂ ਥੋੜ੍ਹੀ ਦੇਰ, ਬਾਕੀ ਹੋਰ ਵੀ ਹਿਸਾਬ ਕਿਤਾਬ ਲਾਉਂਦੇ ਹਾਂ। ਰਸ਼ ਅੱਜ ਚੰਗਾ ਲੱਗਿਆ ਵੀਕਐਂਡ, ਅੱਜ ਫਿਰ ਬਾਬਾ ਜੀ ਇੱਥੇ ਸਨੋਕਰ ਮੁਕਾਬਲੇ ਪੈ ਗਏ, ਅੱਜ ਫਿਰ ਆਇਓ ਆਇਓ, ਬੈਸਟ ਆਫ 3 ਕੋਈ ਮੈਚ ਹੋਏਗਾ, 1-1 ਹੋਏਗਾ, ਮੈਂ ਫਿਰ ਨਾ ਕਿਤੇ ਪਟਾ 'ਚ ਜੋੜਿਆ ਜੇ ਆਓ ਮੈਦਾਨ 'ਚ, ਤੁਹਾਡੀ ਐਸੀ ਦੀ ਟਾਸੀ ਹੋ ਉੱਧਰ, ਆਓ ਆਓ ਆਪਣੇ ਸਮਾਨ ਕੀ ਹਵਾਲੇ ਖੁਦ ਕਰ। ਬਾਕੀ ਜੀ ਹੁਣ ਕੁਛ ਖਾਣੇ ਪੀਣੇ ਤੇ ਫੇਰ ਨਿਕਲਨੇ ਥੱਲੇ, ਗੇਮਾਂ ਤੇ ਹਾਰ ਗਏ ਅੱਜ।
ਮਾਲ ਰੋਡ ਤੇ ਉੱਤੇ ਆਏ ਆ ਇੱਕ ਜਗ੍ਹਾ ਜ਼ੈਫਾ ਪੈਸੇ ਫੜ ਲੈ ਜਾ ਕੇ ਆਰਡਰ ਕਰਵਾ ਕੇ ਵੀ ਬਹਿਣਾ ਕਾਲੀ ਕਾਲੀ ਜ਼ੁਲਫਾਂ ਪੈ ਕੰਦੇ ਨਾ ਡਾਲ ਯਾਕੀ ਆਪੀ ਸਤਰੇ ਤੋ ਹੋ ਚੁੜਾਇਆ ਨਹੀਂ ਜੀਏ ਆਪੀ ਸਤਰੇ ਤੋ ਹੋ ਚੁੜਾਇਆ ਨਹੀਂ ਜੀਏ ਜੋ ਕਦ ਸਮਝ ਕੇ ਸਾਹਮਣੇ ਨਹੀਂ ਜੀਏ ਕਾਲੀ ਕਾਲੀ ਜ਼ੁਲਫਾਂ ਕੰਦੇ ਨਾ ਡਾਲੋ ਚੱਸ ਅੱਜ ਵੀ ਕਹਿੰਦੇ ਨਾ ਤੇ ਰਾਤ ਦੇ 3 ਵੱਜ ਗਏ ਨੇ ਰਸ਼ ਚੈੱਕ ਕਰੋ 3 ਵੱਜ ਗਏ ਫਿਰ ਤੁਰ ਕੇ ਆ ਕੇ ਤੇ ਤਕਰੀਬਨ 1.5 ਕੁ ਘੰਟਾ ਹੋਇਆ ਸਾਰੇ ਸੁੱਤੇ ਸਨ ਤੇ ਇਸ ਟਾਈਮ ਮਰੀ ਹਾਂ ਅਸੀਂ ਤੁਹਾਨੂੰ ਪਤਾ ਸਾਰੇ ਤਕਰੀਬਨ ਸਾਰੇ ਸੌ ਗਏ ਸਨ ਇਹਨਾਂ ਨੂੰ ਮੈਂ ਜਗਾਇਆ ਮੈਂ ਐਵੇਂ ਵੀਡੀਓ ਐਡਿਟ ਕਰਦਾ ਸੋਚ ਚੱਲਾ ਸਾਂ ਅਤੇ ਕੱਲ੍ਹ ਦਾ ਜਿਹੜਾ ਨਹੀਂ ਇੱਕ ਵੀਡੀਓ ਦਾ ਪਲੈਨ ਯਾਦ ਆਇਆ ਬਾਕੀ ਫਿਰ ਦਾ ਜਿਹੜਾ ਨਹੀਂ ਟਾਈਮ ਚੈੱਕ ਕਰੋ 3:47 ਅਤੇ ਇੱਕ ਬੜਾ ਹੀ ਮਜ਼ੇਦਾਰ ਪ੍ਰੈਂਕ ਹੈ ਚੱਸ ਆਏਗੀ ਪੂਰੀ ਭੂਤ ਪ੍ਰੈਂਕ ਕਰਨ ਲੱਗੇ ਹਾਂ ਜ਼ੈਫਾ ਦੇ ਨਾਲ ਉਹ ਸੁੱਤਾ ਹੈ ਬਾਬਾ ਜੀ ਇਹ ਵੀ ਸੁੱਤੇ ਸਨ ਦੋਏ ਅਤੇ ਇਹਨਾਂ ਦੋਵਾਂ ਨੂੰ ਬਿਠਾਇਆ ਚੈੱਕ ਕਰੋ ਟਾਈਮ ਹੀ ਵੇਖੋ ਹਾਂ ਫਿਰ ਕੀ ਪਲੈਨ ਹੈ ਇੱਧਰ ਆ ਹਸਨ ਉਹ ਅਜੇ ਵੀ ਸੁਣਦਾ ਜੀ ਪਿਆ ਇੱਧਰ ਆ ਪਲੈਨ ਹੈ ਵੇ ਕਿ ਮੈਂ ਇਹ ਸਾਰਾ ਤਿਆਰ ਸ਼ਿਆਰ ਹੋ ਕੇ ਨਾ ਅਤੇ ਅੰਦਰ ਖਲੋਤਿਆ ਉਹਨੇ ਉਹ ਜਿਹੜਾ ਪਰਦਾ ਨਹੀਂ ਉਹਦੇ ਪਿੱਛੇ ਤੂੰ ਕੈਮਰਾ ਲੈ ਖਲੋ ਅਤੇ ਤੂੰ ਹਿਲਣਾ ਨਹੀਂ ਤੁਸੀਂ ਬਾਹਰ ਰਹੋਗੇ ਹਾਂ ਅੰਦਰ ਨਹੀਂ ਜਾਣਾ ਅਤੇ ਦੱਸਣਾ ਕਿ ਅਤੇ ਬੜਾ ਪਰਫੈਕਟ ਪ੍ਰੈਂਕ ਰਹਿਣਾ ਥੋੜੀ ਜਿਹੀ ਆਵਾਜ਼ ਨਹੀਂ ਆਉਂਦੀ ਕਿ ਜੋ ਮੈਨੂੰ ਨਜ਼ਰ ਆ ਰਿਹਾ ਸਭ ਕੁਛ ਸਹੀ ਆਪਣਾ ਬੈਠਾ ਦਾੜੀ ਦੌੜੇਗਾ ਉੱਧਰ ਜਾ Mm-hmm.
ਸੁੱਤੇ ਹਾਂ ਇਹ ਪਲੈਨ ਭਾਜੀ ਡਰਾਉਣਾ ਹੈ ਭਈ ਆਣੇ ਉਹ ਤੂੰ ਵੇਖ ਕੇ ਆਇਆ ਮੈਨੂੰ ਨੀ ਭਾਈ ਮੈਂ ਨਹੀਂ ਸਾਫਾ ਸ਼ੁਗਰ ਮੇਲਾ ਨਹੀਂ ਟੁਵਰ ਤੇ ਬਾਬਾ ਦੇ ਨੂੰ ਨਿਕਲ ਆਇਆ ਤੇ ਅਸੀਂ ਕਿਹਾ ਪਲੈਨ ਬਣਾਇਆ ਮੈਂ ਚੈੱਕ ਕਰ ਪੂਰੀ ਤਿਆਰੀ ਚ ਹਾਂ।